ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਜੋਤ ਪਵਨ ਗਰੇਵਾਲ ਵਲੌਗਸ ਦੇ ਵਿੱਚ, ਤੇ ਅੱਜ ਅਸੀਂ ਵਲੌਗ ਲੈ ਕੇ ਆਏ ਹਾਂ ਜੀ ਤੁਹਾਨੂੰ। ਪਛਾਣੋ ਤੁਸੀਂ ਇਹ ਕੀ ਚੀਜ਼ ਆ, ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਂਦੇ ਹਾਂ ਜੀ। ਇਹ ਦੱਸਦੇ ਹਾਂ ਬੈਕ ਕੈਮਰੇ ਨਾਲ, ਦੀਵਾਨ ਟੋਡਰਮੱਲ ਜੀ ਦਾ ਸਥਾਨ ਆ ਜੀ ਇਹ। ਇਹ ਸਥਾਨ ਇੱਦਾਂ ਦਾ, ਇਹਦੀ ਇੱਦਾਂ ਦੀ ਹਾਲਤ ਕਿਉਂ ਹੋਈ ਆ ਉਹ ਤੁਹਾਨੂੰ ਦੱਸਦੇ ਹਾਂ। ਜਦੋਂ ਔਰੰਗਜ਼ੇਬ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਤਾ ਸੀ, ਉਸ ਤੋਂ ਬਾਅਦ ਜਦੋਂ ਉਹਨਾਂ ਦਾ ਸੰਸਕਾਰ ਕਰਨਾ ਸੀ, ਉਹ ਸੰਸਕਾਰ ਕਰਨ ਲਈ ਜਗ੍ਹਾ ਇਸ ਮਹਾਨ ਵਿਅਕਤੀ ਨੇ ਲਈ ਸੀ। ਅਤੇ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਵਿਕੀ ਸੀਗੀ, ਜੋ ਮੋਹਰਾਂ ਖੜੀਆਂ ਕਰਕੇ ਖਰੀਦੀ ਗਈ ਸੀ। ਇੱਕ ਤਾਂ ਆਪਾਂ ਜੀ ਮੋਹਰਾਂ ਰੱਖਦੇ ਹਾਂ ਆਪਾਂ ਇੱਦਾਂ, ਜਿਵੇਂ ਰੁਪਈਆ ਪੈਵਾਂ ਰੱਖ ਦਿੰਦੇ ਹਾਂ, ਪੈਵਾਂ ਰੱਖ ਕੇ ਨਹੀਂ, ਰੁਪਈਆ ਖੜਵਾਂ ਰੱਖ ਕੇ। ਹਾਂਜੀ, ਖੜਵੀਆਂ ਮੋਹਰਾਂ ਰੱਖ, ਖੜਵੀਆਂ ਮੋਹਰਾਂ ਰੱਖ ਕੇ ਇਹ ਇਸ ਇਨਸਾਨ ਨੇ ਜਿਹਦਾ ਇਹ ਅੱਜ ਅਸੀਂ ਘਰ ਦੇਖਣ ਆਏ ਹਾਂ, ਇਸ ਇਨਸਾਨ ਨੇ ਸਾਰਾ ਆਪਦਾ ਜੋ ਵੀ ਇਹਦੇ ਕੋਲ ਜ਼ਮੀਨ ਜਾਇਦਾਦ ਸੀ ਸਾਰਾ ਕੁਛ ਵੇਚ ਕੇ ਉਹ ਜਗ੍ਹਾ ਖਰੀਦੀ ਸੀ। ਅਤੇ ਅੱਜ ਵਰਲਡ ਦੇ ਵਿੱਚ ਕਿਤੇ ਵੀ ਇੰਨੀ ਕੁ ਜਗ੍ਹਾ ਇੰਨੀ ਮਹਿੰਗੀ ਕਿਤੇ ਵੀ ਵਰਲਡ ਦੇ ਵਿੱਚ ਨਹੀਂ ਵਿਕੀ। ਹਾਂਜੀ, ਉਹਦੀ ਸਜ਼ਾ ਮਿਲੀ ਸੀ ਇਸ ਇਨਸਾਨ ਨੂੰ, ਦੀਵਾਨ ਟੋਡਰਮੱਲ ਜੀ ਨੂੰ, ਅਤੇ ਉਹਨਾਂ ਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਆ ਜੋ ਕਰੀਏ ਜੀ, ਆਪਾਂ ਕਰਾਉਂਦੇ ਹਾਂ ਤੁਹਾਨੂੰ, ਦਿਖਾਉਂਦੇ ਹਾਂ ਘਰ ਹਵੇਲੀ, ਕਦੇ ਇੱਥੇ ਵੀ ਰੌਣਕਾਂ ਲੱਗਦੀਆਂ ਹੋਣਗੀਆਂ। ਆ ਜੋ ਪਹਿਲਾਂ ਆਪਾਂ ਚੱਲਦੇ ਹਾਂ ਜੀ ਇੱਧਰ, ਤਹਿਖਾਨੇ ਦੀਆਂ ਨੀਹਾਂ, ਤਹਿਖਾਨੇ ਦੀ ਢਹਿ ਚੁੱਕੀ ਛੱਤ, ਦੀਵਾਨ ਟੋਡਰਮੱਲ ਜੀ ਦਾ ਬੱਚੇ, ਉਹਨਾਂ ਦੇ ਬੱਚੇ ਇੱਥੇ ਖੇਡਦੇ ਹੋਣਗੇ ਕਦੇ। ਇਹ ਵੀ ਘਰ ਬਹੁਤ ਵਧੀਆ, ਯਾਨੀ ਕਿ ਖੁਸ਼ਹਾਲ ਜ਼ਿੰਦਗੀ ਬਿਤਾਉਂਦਾ ਹੋਣਾ। ਅਰਮਾਨ ਜਿੱਦ ਕਰ ਰਿਹਾ ਆ ਜੀ ਕਿ ਨੀਚੇ ਜਾਣਾ ਆ। ਉਸ ਸਮੇਂ ਕਿਸੇ ਦੇ ਵਿੱਚ ਇੰਨੀ ਤਾਕਤ ਨਹੀਂ ਸੀ ਵੀ ਜੋ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਲਈ ਜਗ੍ਹਾ, ਸੰਸਕਾਰ ਕਰਨ ਲਈ ਜਗ੍ਹਾ ਖਰੀਦ ਸਕੇ। ਯਾਨੀ ਕਿ ਔਰੰਗਜ਼ੇਬ ਦੀ ਬਗਾਵਤ, ਇਸ ਇਨਸਾਨ ਨੇ, ਮਹਾਨ ਟੋਡਰਮੱਲ ਜੀ ਨੇ, ਪ੍ਰਣਾਮ ਆ ਜੀ ਇਹਨਾਂ ਨੂੰ, ਇਹਨਾਂ ਦੀ ਕੀਤੀ ਹੋਈ ਕਰਮ ਨੂੰ ਇਹਨਾਂ ਦੇ। ਕਦੇ ਇਸ ਜਗ੍ਹਾ 'ਤੇ ਵੀ ਜੀ ਬੱਚੇ ਖੇਡਦੇ ਫਿਰਦੇ ਨੇ ਆ, ਅਤੇ ਇਹ ਤਹਿਖਾਨਾ ਸੀਗਾ ਜੀ ਇਸ ਹਵੇਲੀ ਦਾ। ਦੇਖੋ ਇਮਾਰਤਾਂ ਪੁਰਾਣੀਆਂ ਉਵੇਂ ਉੱਦਾਂ ਛੋਟੀ ਇੱਟ ਦੀਆਂ ਹੀ ਉਵੇਂ ਹੀ ਖੜੀਆਂ ਨੇ। ਦੇਖੋ ਤਹਿਖਾਨੇ ਦੀ ਛੱਤ, ਬੇਸਮੈਂਟ, ਇਹ ਬੇਸਮੈਂਟ ਸੀਗੀ ਜੀ ਤਹਿਖਾਨੇ ਦੀ। ਬਹੁਤ ਹੀ ਵਧੀਆ ਲੱਗਿਆ ਆ ਕੇ ਜੀ, ਇੱਥੇ ਮਨ ਨੂੰ ਸਕੂਨ ਮਿਲਿਆ। ਇਹਨਾਂ ਦੀ ਕੀਤੀ ਹੋਈ ਕੁਰਬਾਨੀ, ਦਿੱਤੀ ਹੋਈ ਕੁਰਬਾਨੀ ਅੱਜ ਸਾਰਾ ਜੱਗ, ਪੰਜਾਬ ਦੇ ਵਿੱਚ ਸਾਰੇ ਕੀਤੀ ਹੋਈ ਇਹਨਾਂ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰ ਰਿਹਾ ਵਾ। ਧੰਨ ਸੀ ਇਹਨਾਂ ਦਾ ਜਿਗਰਾ ਜੀ, ਜਿਹਨੇ ਇੰਨੇ ਪੈਸੇ ਖਰਚਦੇ ਆਪਦੀ ਜ਼ਮੀਨ ਜਾਇਦਾਦ ਤੱਕ ਵੇਚ ਦਿੱਤੀ, ਵੇਚ ਕੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਸੰਸਕਾਰ ਕਰਨ ਲਈ ਜਗ੍ਹਾ ਖਰੀਦੀ ਸੀ। ਤੁਹਾਨੂੰ ਦਿਖਾਉਂਦੇ ਹਾਂ ਜੀ ਪੁਰਾਣੀਆਂ ਇਮਾਰਤਾਂ ਨੇ ਸਾਰੀਆਂ, ਆਹ ਦੇਖੋ। ਕਦੇ ਇੱਥੇ ਵੀ ਆਹ ਘਰ ਦੇ ਵਿੱਚ ਵੀ ਬਹੁਤ ਖੁਸ਼ੀਆਂ ਆਉਣਗੀਆਂ। ਮੁੱਖ ਦਰਵਾਜ਼ੇ ਦੇ ਪਿੱਲਰ, ਇਹ ਪਿੱਲਰ ਸੀਗੇ ਜੀ ਮੁੱਖ ਦਰਵਾਜ਼ੇ ਦੇ। ਪਹਿਲੀ ਮੰਜ਼ਿਲ ਦਾ ਹਾਲ, ਕਮਰਾ ਦੇਖੋ ਜੀ, ਮੈਂ ਤੁਹਾਨੂੰ ਸਾਰਾ ਦਿਖਾਉਣਾ ਅਤੇ ਮੈਂ ਕੋਈ ਰਾਹ ਨਹੀਂ ਲੱਭਣਾ, ਮੈਂ ਤਾਂ ਇੱਦਾਂ ਹੀ ਟੱਪ ਕੇ ਹੀ ਦਿਖਾਊਂਗਾ ਜੀ। ਕੌਮੀ ਵਿਰਾਸਤ ਜਹਾਜ਼ ਹਵੇਲੀ, ਸੇਵਕ ਦੀਵਾਨ ਟੋਡਰਮੱਲ ਜੀ। ਪੜ੍ਹ ਲਓ ਜੀ ਜੋਤ ਸਰੂਪ ਵਾਲੇ ਸਥਾਨ 'ਤੇ, ਪੁਰਾਤਨ ਹਵੇਲੀ ਦੇਖੋ ਜੀ, ਅਲਮਾਰੀ, ਦਰਵਾਜ਼ਾ ਜਿਹੜਾ ਦੇਖੋ, ਉਹ ਦੇਖੋ ਅਲਮਾਰੀ ਦਰਵਾਜ਼ਾ। ਚਲੋ ਜੀ ਮੈਂ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਥੱਲੇ ਜਾ ਕੇ ਜੀ।
ਹਾਲ ਇਹ ਸੀਗਾ ਜੀ ਹਾਲ ਜੋ ਜਿੱਥੇ ਆਪਾਂ ਇੱਥੋਂ ਲੈ ਕੇ ਇੱਧਰ ਤੱਕ ਇਹ ਹਾਲ ਸੀਗਾ ਜੀ ਸਾਰਾ ਕਮਰੇ ਦਾ ਅਤੇ ਆਹ ਕਮਰਾ ਸੀਗਾ ਦੇਖੋ ਮੈਂ ਤੁਹਾਨੂੰ ਹੋਰ ਕਰਾਉਂਦਾ ਦਰਸ਼ਨ ਜੀ ਅੰਦਰੋਂ ਵੀ ਲਓ ਜੀ ਆਹ ਹਵੇਲੀ ਸੀ ਤਿੰਨ ਮੰਜ਼ਲੀ ਉੱਚੀ ਸੀ ਜਿਹਨੂੰ ਢਾਹ ਢੇਰੀ ਕਰਕੇ ਦੇਖ ਲਓ ਅੱਜ ਇਹਦਾ ਹਾਲ ਇੱਦਾਂ ਉਹਨਾਂ ਨੇ ਮੋਹਰਾਂ ਖੜੀਆਂ ਕੀਤੀਆਂ ਸੀ ਦੇਖੋ ਅਤੇ ਜਗ੍ਹਾ ਖਰੀਦ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ ਆਹ ਸੀਗਾ ਕਮਰਾ ਜੀ ਕਦੇ ਇੱਥੇ ਵੀ ਬਹੁਤ ਖੁਸ਼ਹਾਲੀ ਹੋਣੀ ਹੈ ਜੀ ਇਸ ਘਰ ਦੇ ਵਿੱਚ ਜਿਹੜਾ ਇੱਥੇ ਸੁੰਨਾ ਪਿਆ ਟੁੱਟਿਆ ਪਿਆ ਤੁਸੀਂ ਦੇਖੋ ਕਾਰਾਗਰੀ ਕਿੰਨੀ ਵਧੀਆ ਕਾਰਾਗਰੀ ਹੋਈ ਹੋਈ ਆ ਉਸ ਸਮੇਂ ਦੀ ਵਾਹ ਜੀ ਵਾਹ ਇਹ ਕਮਰੇ ਸੀਗੇ ਜੀ ਥਾਣਾ ਟੇਕੋ ਜੀ ਇੱਥੇ ਕਿਰਪਾ ਕਰਕੇ ਮੱਥਾ ਨਾ ਟੇਕੋ ਜੀ ਇਹ ਲਓ ਜੀ ਆਹ ਆਪਾਂ ਇੱਧਰ ਨਿਕਲਿਆ ਏ ਮਗਰ ਵੀ ਆ ਜੀ ਰਸੋਈ ਨੂੰ ਰਸਤਾ ਹਾਏ ਰੱਬਾ ਕਿਚਨ ਜਿੱਥੇ ਜਵਾਕ ਇਹਨਾਂ ਦੇ ਵੀ ਜਵਾਕ ਹੋਣੇ ਆ ਜੀ ਜੋ ਰੋਟੀ ਬਣਦੀ ਹੋਣੀ ਹੈ ਇੱਥੇ ਹੈ ਨਾ ਤੁਹਾਨੂੰ ਪਤਾ ਹੀ ਆ ਘਰਾਂ ਦੇ ਵਿੱਚ ਕਿੰਨੀ ਆਪਾਂ ਆਪਦੇ ਘਰਾਂ ਦੇ ਵਿੱਚ ਵੀ ਰੋਟੀ ਖਾਂਦੇ ਹਾਂ ਅਤੇ ਕਿੰਨੇ ਖੁਸ਼ ਹੁੰਦੇ ਹਾਂ ਅਤੇ ਅੱਜ ਇਸ ਬਹੁਤ ਯਾਨੀ ਕਿ ਇਹਨਾਂ ਦਾ ਯਾਨੀ ਕਿ ਅਹਿਸਾਨ ਆ ਜੀ ਸਿੱਖ ਕੌਮ ਉੱਤੇ ਜੋ ਐਡਾ ਜਿਗਰਾ ਕੱਢ ਕੇ ਇਹਨਾਂ ਨੇ ਰਸੋਈ ਅੰਦਰ ਜਾਣ ਦਾ ਰਸਤਾ ਜੀ ਇੱਧਰ ਆ ਜੀ ਦੇਖੋ ਜੀ ਪੁਰਾਣੇ ਕਿੱਲ ਪਾਏ ਹੋਏ ਨੇ ਵਿੱਚ ਵੀ ਇਹ ਬਣੀ ਹੋਈ ਇਮਾਰਤ ਆ ਜੀ ਇਹ ਨਾਲੀ ਸੀਗੀ ਜੀ ਰਸੋਈ ਦਾ ਕਮਰਾ ਆਹ ਸੀਗਾ ਜੀ ਰਸੋਈ ਦਾ ਕਮਰਾ ਦੇਖ ਲਓ ਅੱਜ ਭਰਿਆ ਪਿਆ ਰਸੋਈ ਦੀ ਅਲਮਾਰੀ ਆਹ ਸੀਗੀ ਜੀ ਰਸੋਈ ਦੀ ਅਲਮਾਰੀ ਤੁਸੀਂ ਦੇਖੋ ਜੀ ਪੁਰਾਤਨ ਜਗ੍ਹਾ ਦੂਸਰੀ ਪਾਣੀ ਦਾ ਹੋਦੀ ਇਹ ਹੋਦੀ ਸੀਗੀ ਜੀ ਪਾਣੀ ਦੀ ਦੇਖੋ ਅੱਜ ਤੁਹਾਨੂੰ ਦਿਖਾਉਂਦੇ ਹਾਂ ਜੋਤ ਨੂੰ ਮੈਂ ਹਾਕ ਮਾਰੀ ਸੀਗੀ ਜੀ ਉੱਧਰ ਸੀਗੀ ਮੈਂ ਕਿਹਾ ਇਹ ਵੀ ਸਾਰਾ ਕੁਛ ਦੇਖ ਫਿਰ ਮੈਂ ਉਹਨਾਂ ਦੇ ਕੋਲ ਚਲੀ ਗਈ ਸੀ ਉੱਧਰ ਅਰਮਾਨ ਬਹੁਤ ਸ਼ਰਾਰਤਾਂ ਕਰਦਾ ਮੈਂ ਹੁਣ ਲੈ ਆਇਆ ਸੀਗਾ ਜੀ ਚਲੋ ਆ ਜਾਓ ਇਹਨਾਂ ਨੂੰ ਦਿਖਾਈਏ ਰਸੋਈ ਜਿੱਥੇ ਇਹਨਾਂ ਦੇ ਵੀ ਰੋਟੀ ਪੱਕਦੀ ਹੋਣੀ ਹੈ ਜੀ ਚੁੱਲ੍ਹਾ ਇੱਥੇ ਆਉਂਦਾ ਸੀਗਾ ਜੀ ਚੁੱਲ੍ਹਾ ਬਾਹਰ ਇੱਧਰ ਨੂੰ ਜਾਓ ਜੀ ਧੂੰਆਂ ਕੱਢਣ ਲਈ ਚਿਮਨੀ ਵਾਹ ਜੀ ਵਾਹ ਕਾਰਾਗਰੀ ਦੇਖੋ ਉਸ ਸਮੇਂ ਦੀ ਉਦੋਂ ਵੀ ਸਭ ਕੁਛ ਸੀਗਾ ਜੀ ਆ ਜਾਓ ਜੋਤ ਨੂੰ ਮੈਂ ਇਹ ਦਿਖਾਉਣਾ ਸੀਗਾ ਵੀ ਆਹ ਦੇਖ ਇਹ ਅਲਮਾਰੀ ਹੈ ਰਸੋਈ ਦੀ ਅਲਮਾਰੀ ਹੈ ਜੀ ਇਹ ਤਾਂ ਜੀ ਹੁਣ ਇਹਦੀ ਸਪੋਰਟ ਦਿੱਤੀ ਹੋਈ ਆ ਵੀ ਇਹ ਸਰਕਾਰਾਂ ਤਾਂ ਸਰਕਾਰਾਂ ਨੇ ਜੀ ਸਰਕਾਰਾਂ ਨੇ ਕੁਛ ਨਹੀਂ ਕਰਨਾ ਜੀ ਬਸ ਆਹ ਦੇਖੋ ਰਸਤਾ ਕਿੰਨਾ ਵਧੀਆ ਵਾਹ ਜੀ ਵਾਹ ਕਦੇ ਇੱਥੇ ਵੀ ਚਹਿਲਾਂ ਵਹਿਲਾਂ ਹੋਣੀਆਂ ਜਵਾਕ ਖੇਡਦੇ ਫਿਰਦੇ ਹੋਣੇ ਨਿੱਕੇ ਨਿੱਕੇ ਆਪਾਂ ਜਿੱਧਰੋਂ ਆਏ ਸੀਗੇ ਜੀ ਉੱਧਰੋਂ ਬਾਹਰ ਚੱਲੇ ਹਾਂ ਆਹ ਦੇਖੋ
ਹਾਂ ਦੇਖਦੇ ਆ ਕੀ ਆ ਲਾਂਗਰੀ ਨੌਕਰ ਦਾ ਕਮਰਾ ਸਰਵੈਂਟ ਕੁੱਕ ਰੂਮ ਸਰਵੈਂਟ ਕੁੱਕ ਰੂਮ ਇਹ ਨੌਕਰ ਦਾ ਕਮਰਾ ਸੀਗਾ ਜੀ ਦੇਖੋ ਕਿੰਨਾ ਅਮੀਰ ਹੋਣਾ ਉਹ ਬੰਦਾ ਜਿਹਨੇ ਨੌਕਰ ਰੱਖਿਆ ਹੋਣਾ सिख घर जिन्हें जिन्होंने पता लगता जी सारे देखने आते ने देखो जी अज भी संगत देख आ मतलब रहिंदी दुनिया तक इन्हों का नाम रहना आ बहुत वड्डा जिगरा जी इन्होंने कढ़िया सी धन्नवाद आ जी इन्हों का अज के टाइम च भी इन्हों का धन्नवाद करते हैं जिन्होंने साढ़े छोटे छोटे साहबजादे ते माता गुजरी जी नूं संस्कार करने लई जगह दित्ती धन्नवाद आ जी इन्हों का ते वीडियो वधिया लगी शेयर रोशनदान बेसमेंट विंडो देख लो ये रोशनदान सीगा जी नीचे ये रह गया सीगा जी दिखाना बेसमेंट बेसमेंट सीगी जी ये उधर थी थोनू दिखाई सी मैं सच देखो पुराना प्लास्टर है जी ये दा प्लास्टर सीगा जी उस टाइम भी स्विमिंग पूल भी सीगा जी मैं तो हुण देखिया जी इधर दी आके वाह जी वाह इधरों भी रास्ता चढ़न आ उधरों भी रास्ता वाह वाह जी वाह मैं उतर के दिखाना एक मिनट स्विमिंग करते होने कद देखो तुम कि रईस वो बंदा होना जिन्हें है ना छोटे साहिबजाद के लिए संस्कार के लिए जगह लेके दी अम थोड़े लोगों अज के टाइम च भी किसी लोगों पता नहीं गा है जी इस चीज़ का पर आओ जी सारे बेनती है सारे आया करो देख के जाया करो तो जिन्ना भी हो सकता इनू ठीक कराने लिए कोठी नू दान दिया करो तो वीडियो शेयर करो वध तो वध तां जो होर संगत इत्थे आउण है ना क्योंकि ज़्यादातर संगत जिहड़ियां ने फतेहगढ़ साहब गुरद्वारा साहब तो ही वापस मुड़ जांदियां ने मैं एक गल टोक के जोत नूं कर रहा ये कोई फेमनल नहीं असीं वीडियो नहीं बनाई जी ये बस इन्हां दी जो इन्होंने कुरबानी दित्ती आ सिख कौम दी ते इन्हां ने जगह तो खरीद ली सी ते उस तो बाद इन्हां दे परिवार नाल की होया वह भी तुहानूं मैं दसदा इन्हां दे परिवार नूं भी कोल्लू दे विच पीसिया गया बच्चों नूं पीसिया गया कोल्लू च पीट दिता गया सारिआं नूं सो देखो जी संगत आउंदियां ने देखो तुसीं देख सकते एक कार साडी खड़ी है ते दो कारां इत्थे होर इस टाइम हैगियां ने सो सारे जने आओ फतेहगढ़ साहब तो संगत वापस चलिया जांदियां ने दर्शन करके ये हवेली दे विच भी आओ क्योंकि इन्हां ने भी साडी कौम दे लई बहुत वड्डियां कुरबानियां दित्तियां ने इन्हां नूं भी मतलब उन्ना ही रिस्पैक्ट दे हकदार ने सो ओके जी एक कहिंदे होए वीडियो नूं करदे आं जी एंड इत्थे वीडियो नूं चंगी लगी तां लाइक करिओ कमेंट विच वाहेगुरू जरूर लिखिओ जी ओके जी देखण लई बहुत बहुत धन्नवाद।